ਸਤਿ ਸ਼੍ਰੀ ਅਕਾਲ ਜੀ ਯੂਕੇ ਸਟੂਡੈਂਟ ਵੀਜ਼ਾ ਬਾਰੇ ਅੱਜ ਗੱਲ ਕਰਾਂਗੇ ਕਿ ਆਈਐਲਟੀਐਸ ਅਕੈਡਮਿਕ ਰਿਕੁਆਇਰਮੈਂਟ ਕਾਲਜ ਯੂਨੀਵਰਸਿਟੀ ਕਿਸ ਤਰੀਕੇ ਦੇ ਨਾਲ ਚੁਆਇਸ ਕੀਤੀ ਜਾਵੇ ਔਰ ਕਿਸ ਬੰਦੇ ਨੂੰ ਐਡਮਿਸ਼ਨ ਮਿਲਣੀ ਜੇ ਕਿਸ ਬੰਦੇ ਨੂੰ ਐਡਮਿਸ਼ਨ ਨਹੀਂ ਜੇ ਮਿਲਣੀ ਸੋ ਜਦੋਂ ਛੋਟੀ ਜਿਹੀ ਗੱਲ ਕਰ ਲਈਏ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਵੱਖਰੇ ਵੱਖਰੇ ਕਾਲਜਿਸ ਯੂਨੀਵਰਸਿਟੀਜ਼ ਯੂਕੇ ਦੇ ਵਿੱਚ ਹੈਗੇ ਆ ਔਰ ਹਰ ਬੰਦਾ ਆਪਣਾ ਵੱਖਰਾ ਹੀ ਕਾਲਜ ਵੱਖਰੀ ਯੂਨੀਵਰਸਿਟੀ ਵਿੱਚ ਹੀ ਜਾਂਦਾ ਜਿਸ ਤਰੀਕੇ ਦੇ ਨਾਲ ਬੱਚਾ ਚਾਹੀਦਾ ਉਸ ਹਿਸਾਬ ਨਾਲ ਬੱਚੇ ਨੂੰ ਉਹ ਲਈ ਜਾਂਦਾ ਸੋ ਗੱਲ ਕਰ ਲਈਏ ਪਹਿਲਾਂ ਕਾਲਜਾਂ ਅਤੇ ਯੂਨੀਵਰਸਿਟੀ ਦੇ ਫਰਕ ਦੀ ਦੇਖੋ 2009 ਦੇ ਵਿੱਚ 2008 ਦੇ ਵਿੱਚ ਯੂਕੇ ਨੇ ਟਾਇਰ 4 ਸ਼ੁਰੂ ਕੀਤਾ ਜਦੋਂ ਮੈਕਸੀਮਮ ਬੱਚਾ ਯੂਕੇ ਦੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਗਿਆ ਉਹ ਕਾਲਜ ਜਿਹੜੇ ਇਲਫਰਡ ਦੇ ਵਿੱਚ ਸਾਊਥ ਹਾਲ ਦੇ ਵਿੱਚ ਹੰਸਲੋ ਦੇ ਵਿੱਚ ਛੋਟੇ ਛੋਟੇ ਦੋ ਦੋ ਤਿੰਨ ਤਿੰਨ ਕਮਰਿਆਂ ਦੇ ਕਾਲਜ ਸੀਗੇ ਉਹਨਾਂ ਕਾਲਜਾਂ ਨੇ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਬੱਚਿਆਂ ਨੂੰ ਦਾਖਲਾ ਦੇ ਦਿੱਤਾ ਰੱਬ ਜਾਣੇ ਉਹ ਬੱਚਾ ਕਿੱਥੇ ਬਹਿਣਾ ਸੀ ਅਤੇ ਕਿੱਥੇ ਉਹਨੇ ਪੜ੍ਹਾਈ ਕਰਨੀ ਸੀ ਸੋ ਉਦੋਂ ਯੂਕੇ ਨੇ ਬੜਾ ਸਟ੍ਰਿਕਟ ਐਕਸ਼ਨ ਲੈ ਕੇ ਕਾਫੀ ਕਾਲਜਿਸ ਦੀਆਂ ਜਿਹੜੀਆਂ ਮਾਨਤਾ ਜਿਹੜੀ ਸੀਗੀ ਉਹ ਕੈਂਸਲ ਕੀਤੀਆਂ ਸਰਟੀਫਿਕੇਟ ਕੈਂਸਲ ਕੀਤੇ ਅੱਜ ਦੀ ਡੇਟ 'ਚ ਵੀ ਕੁਝ ਕਾਲਜਿਸ ਹੈਗੇ ਆ ਉੱਥੇ ਜਿਹੜੇ ਸਟੂਡੈਂਟ ਨੂੰ ਪੰਜਾਬ ਦੇ ਵਿੱਚ ਆ ਕੇ ਚਾਹੁੰਦੇ ਕਿ ਜੀ ਤੁਸੀਂ ਸਾਡੇ ਕਾਲਜ ਆ ਜਾਓ ਪੜ੍ਹਾਈ ਦੀ ਫੀਸ ਘੱਟ ਨੇ ਐਡਮਿਸ਼ਨ ਦੇ ਦਾਂਗੇ 8 ਸਾਲ ਦੇ ਗੈਪ ਵਾਲੇ ਨੂੰ ਦੇ ਦਾਂਗੇ ਜੀ 30% ਨੰਬਰ ਵਾਲੇ ਨੂੰ ਦੇ ਦਾਂਗੇ ਵਿਦਾਊਟ ਆਇਲਸ ਦੇ ਦਾਂਗੇ ਬਟ ਅਲਟੀਮੇਟਲੀ ਕੱਲ੍ਹ ਨੂੰ ਤੁਹਾਨੂੰ ਉਹਦਾ ਕੋਈ ਬੈਨੀਫਿਟ ਨਹੀਂ ਜੀ ਹੋਣਾ ਕਿਉਂਕਿ ਉਹਨਾਂ ਕਾਲਜਾਂ ਦਾ ਕੋਈ ਭਰੋਸਾ ਨਹੀਂ ਅੱਜ ਹੈਗੇ ਨੇ ਅਤੇ ਕੱਲ੍ਹ ਸ਼ਾਇਦ ਨਾ ਲੱਭਣ ਤੁਹਾਨੂੰ ਸੋ ਜੇ ਯੂਕੇ ਪੜ੍ਹਾਈ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲੀ ਚੀਜ਼ ਇਹ ਮੰਨ ਕੇ ਚੱਲੋ ਕਿ ਸਿਰਫ ਔਰ ਸਿਰਫ ਕਿਸੇ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿੱਤਾ ਜਾਵੇ ਜਦੋਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਜਾਂਦੇ ਹੋ ਐਟਲੀਸਟ ਤੁਹਾਨੂੰ ਅਸ਼ਿਓਰਿਟੀ ਹੈਗੀ ਹੈ ਕਿ ਉਹ ਯੂਨੀਵਰਸਿਟੀ ਕੱਲ੍ਹ ਨੂੰ ਬੰਦ ਨਹੀਂ ਹੋਊਗੀ ਐਟਲੀਸਟ ਤੁਹਾਨੂੰ ਅਸ਼ਿਓਰਿਟੀ ਹੈ ਕਿ ਉਹ ਯੂਨੀਵਰਸਿਟੀ ਪੈਸੇ ਨਹੀਂ ਮਾਰੂਗੀ ਐਟਲੀਸਟ ਅਸ਼ਿਓਰਿਟੀ ਹੈ ਕਿ ਚੰਗੀ ਐਜੂਕੇਸ਼ਨ ਮਿਲੂਗੀ ਜਿਹਦੀ ਕੱਲ੍ਹ ਨੂੰ ਵੈਲਿਊ ਪਊਗੀ ਜਿਹਦੇ ਕਰਕੇ ਕੱਲ੍ਹ ਨੂੰ ਕੋਈ ਜੋਬ ਮਿਲ ਸਕਦੀ ਹੈ ਜਿਹਦੇ ਕੱਲ੍ਹ ਨੂੰ ਕੋਈ ਵਰਕ ਪਰਮਿਟ ਦੇ ਵਿੱਚ ਤਬਦੀਲੀ ਹੋ ਸਕਦੀ ਹੈ ਕਿ ਚੰਗੀ ਔਰਗਨਾਈਜੇਸ਼ਨ ਕਿਸੇ ਚੰਗੇ ਇੰਪਲੋਇਰ ਦੇ ਕੋਲ ਤੁਹਾਨੂੰ ਨੌਕਰੀ ਮਿਲ ਸਕਦੀ ਸੋ ਸਭ ਤੋਂ ਪਹਿਲਾਂ ਸਟੈਪ ਤਾਂ ਇਹੀ ਰੱਖੋ ਜੀ ਕਿ ਤੁਸੀਂ ਸਿਰਫ ਔਰ ਸਿਰਫ ਯੂਨੀਵਰਸਿਟੀ ਦਾਖਲਾ ਲੈ ਕੇ ਜਾਣਾ ਕਿਸੇ ਵੀ ਕਾਲਜ ਵੱਲ ਤੱਕਣਾ ਵੀ ਨਹੀਂ ਫਿਰ ਆਪਾਂ ਆ ਜਾਂਦੇ ਕਿ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਐਡਮਿਸ਼ਨ ਹੈਗੀ ਉਹਦਾ ਕ੍ਰਾਈਟੀਰੀਆ ਕੀ ਹੈ ਦੇਖੋ ਵੱਖਰੀ ਵੱਖਰੀ ਯੂਨੀਵਰਸਿਟੀ ਹਰ ਬੰਦੇ ਦੀ ਆਪਣੀ ਯੂਨੀਵਰਸਿਟੀ ਹੈ ਹਰ ਇੱਕ ਯੂਨੀਵਰਸਿਟੀ ਦਾ ਆਪਣਾ ਤਰੀਕਾ ਤੁਹਾਨੂੰ ਇਨਰੋਲ ਕਰਨ ਦਾ ਹਰ ਇੱਕ ਯੂਨੀਵਰਸਿਟੀ ਦਾ ਆਪਣਾ ਇੱਕ ਮਾਪਦੰਡ ਹੈ ਜੇ ਤੁਸੀਂ ਉਹਦੇ 'ਤੇ ਪੂਰੇ ਪਹਿਨੇ ਹੋ ਅਗਲਾ ਦਾਖਲਾ ਦਿੰਦਾ ਕਈ ਯੂਨੀਵਰਸਿਟੀਆਂ ਜੀ ਸਾਨੂੰ 6 ਬੈਡ ਚਾਹੀਦੇ ਕਈ ਯੂਨੀਵਰਸਿਟੀਆਂ ਸਾਨੂੰ 5.5 ਜੀ ਚਾਹੀਦੇ ਔਰ ਬਹੁਤ ਸਾਰੀਆਂ ਯੂਨੀਵਰਸਿਟੀਆਂ ਅੱਜ ਵੀ ਨੇ ਜਿਹੜੀਆਂ ਕਹਿੰਦੀਆਂ ਕਿ ਬਿਨਾਂ ਆਇਲਟਸ ਦੇ ਵੀ ਅਸੀਂ ਦਾਖਲਾ ਦੇ ਦਾਂਗੇ ਬਿਨਾਂ ਆਇਲਟਸ ਦੇ ਦਾਖਲਾ ਮਿਲਦਾ ਯੂਕੇ 'ਚ ਬਟ ਕੋਸ਼ਿਸ਼ ਕਰੋ ਜੇ ਤੁਹਾਡਾ ਇੰਗਲਿਸ਼ ਦਾ ਲੈਵਲ ਜੇ ਤੁਹਾਡਾ ਅੰਗਰੇਜ਼ੀ ਦਾ ਲੈਵਲ ਠੀਕ ਨਹੀਂ ਹੈਗਾ ਜੇ ਤੁਹਾਨੂੰ ਲੱਗਦਾ ਤੁਸੀਂ ਉੱਥੇ ਜਾ ਕੇ ਇੰਗਲਿਸ਼ 'ਚ ਨਹੀਂ ਪੜ੍ਹ ਸਕਦੇ ਨਹੀਂ ਤੁਹਾਡੇ ਸਮਝ ਪੈਣੀ ਕੁਛ ਵੀ ਕੋਸ਼ਿਸ਼ ਕਰੋ ਨਾ ਜਾਓ ਕਿਉਂਕਿ ਕੱਲ੍ਹ ਨੂੰ ਜਦੋਂ ਪੜ੍ਹਾਈ ਕਰਨੀ ਪਈ ਨਾ ਉਦੋਂ ਤੰਗੀ ਹੋਣੀ ਹੈ ਉਦੋਂ ਤੁਸੀਂ ਕਹਿਣਾ ਕਿ ਇਹ ਮੇਰੇ ਸਾਰਾ ਕੁਝ ਸਿਰ ਦੇ ਉੱਤੋਂ ਲੰਘੀ ਜਾਂਦਾ ਫਿਰ ਤੁਸੀਂ ਪੜ੍ਹਾਈ ਛੱਡਣੀ ਪੜ੍ਹਾਈ ਛੱਡ ਕੇ ਇਲੀਗਲ ਹੋ ਜਾਣਾ ਜੀ ਕੋਈ ਤਰੀਕਾ ਨਹੀਂ ਕੱਲ੍ਹ ਨੂੰ ਪੱਕੇ ਹੋਣ ਦਾ ਫੌਜੀ ਕਹਿੰਦੇ ਆ ਉੱਥੇ ਫੌਜੀ ਬਣ ਕੇ ਉੱਥੇ ਤੁਰੇ ਫਿਰੋਂਗੇ ਕਦੀ ਕਿਤੇ ਲੁੱਕ ਛਿਪ ਕੇ ਕੰਮ ਕਰ ਲਿਆ ਕਦੀ ਕਿਸੇ ਕਿਤੇ ਲੁੱਕ ਛਿਪ ਕੇ ਕੰਮ ਕਰ ਲਿਆ ਸੋ ਜਦੋਂ ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਖਿਆਲ ਰੱਖ ਕੇ ਜਾਓਗੇ ਨਾ ਕਿ ਹਾਂ ਮੈਨੂੰ ਇੰਗਲਿਸ਼ ਆਉਂਦੀ ਆ ਮੈਂ ਇਸ ਤਰੀਕੇ ਦੀ ਪੜ੍ਹਾਈ ਕਰਨ ਚੱਲਾਂ ਫਿਰ ਠੀਕ ਰਹੋਗੇ ਨਹੀਂ ਤਾਂ ਉਹ ਚੱਲ ਮੇਰਾ ਪੁੱਤ ਵਾਲੀ ਮੂਵੀ ਦੇਖੀ ਹੋਣੀ ਤੁਸੀਂ ਉਹੀ ਵਾਲਾ ਹਿਸਾਬ ਆ ਕਿ ਪੁਲਿਸ ਜਿੱਥੇ ਦੇਖ ਲਈ ਤਾਂ ਦੂਜੇ ਪਾਸੇ ਨੂੰ ਰਾਹ ਪਲਟ ਕੇ ਆਪਾਂ ਚੱਲ ਗਏ ਸੋ ਇਸ ਚੀਜ਼ ਦਾ ਖਿਆਲ ਰੱਖ ਕੇ ਜਾਓ ਕਿ ਤੁਹਾਡੀ ਜਿਹੜੀ ਆਇਲਟਸ ਹੈ ਕੋਸ਼ਿਸ਼ ਕਰੋ ਪਹਿਲਾਂ ਤਾਂ ਉਹ ਕਰ ਲਓ ਜੇ ਨਹੀਂ ਹੁੰਦੀ ਐਟਲੀਸਟ ਇੰਗਲਿਸ਼ ਦਾ ਲੈਵਲ ਤੁਹਾਡਾ ਚੰਗਾ ਹੋਵੇ ਕਿ ਤੁਸੀਂ ਉੱਥੇ ਪੜ੍ਹਾਈ ਕਰ ਸਕੋ ਬੜੇ ਸਟੂਡੈਂਟਸ ਨੇ ਪੁੱਛਿਆ ਕਿ ਭਾਅ ਜੀ ਯਾਰ ਆਇਲਟਸ ਦਾ ਮੈਂ ਸੁਣਿਆ ਕਿ ਵੈਲਿਡਿਟੀ ਵਧਾ ਦਿੱਤੀ ਹੈ ਦੇਖੋ ਇਹ ਯੂਨੀਵਰਸਿਟੀ ਟੂ ਯੂਨੀਵਰਸਿਟੀ ਵੇਰੀ ਕਰਦਾ ਕਈ ਯੂਨੀਵਰਸਿਟੀਆਂ ਨੇ ਇਸ ਕੋਵਿਡ ਸਿਚੁਏਸ਼ਨ ਨੂੰ ਲੈ ਕੇ ਆਇਲਟਸ ਦੀ ਜਿਹੜੀ ਵੈਲਿਡਿਟੀ ਆਇਲਟਸ ਦੇ ਤੁਹਾਡੇ ਸਰਟੀਫਿਕੇਟ ਦੀ ਉਹ 2 ਸਾਲ ਹੁੰਦੀ ਉਹਨੂੰ 3 ਸਾਲ ਕਰਤਾ ਕਿ ਜੇ ਕਿਸੇ ਨੇ 3 ਸਾਲਾਂ ਦੇ ਵਿੱਚ ਆਇਲਟਸ ਕੀਤੀ ਹੋਈ ਹੈ ਤਾਂ ਉਹਨੂੰ ਵੀ ਆਪਾਂ ਦਾਖਲਾ ਦੇ ਦਾਂਗੇ ਕਿਉਂ ਕਿਉਂਕਿ ਤੁਹਾਡੀ ਇੰਗਲਿਸ਼ ਦਾ ਲੈਵਲ ਤਾਂ ਆ ਕੋਵਿਡ ਦੇ ਕਰਕੇ 2 ਮਹੀਨੇ 3 ਮਹੀਨੇ 'ਚ ਘੱਟ ਨਹੀਂ ਨਾ ਗਿਆ ਸੋ ਇਹ ਇੱਕ ਬੜੀ ਸੈਂਸੀਬਲ ਚੀਜ਼ ਆ ਜਿਹੜੀ ਕਈ ਕਾਲਜਿਸ ਔਰ ਯੂਨੀਵਰਸਿਟੀਜ਼ ਨੇ ਕੀਤੀਆਂ ਸੋ ਇੱਕ ਚੰਗੀ ਯੂਨੀਵਰਸਿਟੀ ਜੇ ਤੁਹਾਨੂੰ ਬਿਨਾਂ ਆਇਲਟਸ ਦੇ ਐਡਮਿਸ਼ਨ ਦਿੰਦੀ ਆ ਜਾਂ ਤੁਹਾਡੇ ਆਇਲਟਸ ਦੀ ਵੈਲਿਡਿਟੀ ਵਧਾ ਕੇ ਐਡਮਿਸ਼ਨ ਦਿੰਦੀ ਆ ਜ਼ਰੂਰ ਦਾਖਲਾ ਲਓ ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੇ ਇੰਟਰਵਿਊ ਕੀਤੀ ਆ ਸਟੂਡੈਂਟਸ ਦੀ ਜਾਂ ਕਰਦੀ ਹੈ ਔਰ ਅੱਜ ਵੀ ਉਸ ਇੰਟਰਵਿਊ ਦੇ ਬੇਸ ਦੇ ਉੱਤੇ ਸਟੂਡੈਂਟ ਐਡਮਿਸ਼ਨ ਦੇ ਦਿੰਦੀ ਕਿ ਤੁਸੀਂ ਆਇਲਟਸ ਨਹੀਂ ਕੀਤੀ ਹੋਈ ਭਾਈ ਟੈਲੀਫੋਨਿਕ ਇੰਟਰਵਿਊ ਦੇ 4 ਸਵਾਲ ਤੈਨੂੰ ਪੁੱਛੇ ਤੂੰ ਜਵਾਬ ਦੇ ਤੇ ਬੜਾ ਵਧੀਆ ਜੀ ਤੇਰੀ ਐਡਮਿਸ਼ਨ ਹੋਊਗੀ ਜਾਂ ਸਕਾਈਪ ਦੇ ਉੱਤੇ ਇੰਟਰਵਿਊ ਹੋਊਗੀ ਕਿ ਸਕਾਈਪ 'ਤੇ ਬੈਠੇ ਤੁਸੀਂ ਉਹਦੇ 'ਤੇ ਤੁਹਾਨੂੰ ਕੁਸ਼ਚਨਿੰਗ ਹੋਈ ਕਿ ਕਿਉਂ ਜੀ ਤੁਸੀਂ ਇਸ ਯੂਨੀਵਰਸਿਟੀ ਆਉਣਾ ਚਾਹੁੰਦੇ ਹੋ ਕੀ ਤੁਹਾਡਾ ਪੁਰਾਣੀ ਬੈਕਗਰਾਊਂਡ ਐਜੂਕੇਸ਼ਨ ਕੀ ਹੈ ਜਾਂ ਹੋਰ ਸਾਰੇ ਇੱਦਾਂ ਦੇ ਰਿਲੇਟਡ ਕੁਸ਼ਚਨਸ ਜਿਹਦੇ ਬੇਸਿਸ ਦੇ ਉੱਤੇ ਤੁਹਾਡੀ ਐਡਮਿਸ਼ਨ ਉੱਥੇ ਡਿਪੈਂਡ ਕਰਦੀ ਹੈ ਔਰ ਤੁਹਾਨੂੰ
ਦਾਖਲਾ ਮਿਲ ਜਾਂਦਾ। ਸੋ ਕੋਸ਼ਿਸ਼ ਕਰੋ ਇੱਕ ਚੰਗੀ ਯੂਨੀਵਰਸਿਟੀ ਜਾਓ, ਇੱਕ ਚੰਗੀ ਯੂਨੀਵਰਸਿਟੀ ਜਿੱਥੇ ਸ਼ਾਇਦ ਫੀਸ 2 ਪੈਸੇ ਵੱਧ ਹੋਊਗੀ, ਬਟ ਕੱਲ੍ਹ ਨੂੰ ਪਤਾ ਕਿ ਫਿਊਚਰ ਕੀ ਹੋਊਗਾ, ਕੱਲ੍ਹ ਨੂੰ ਪਤਾ ਕਿ ਉਸ ਯੂਨੀਵਰਸਿਟੀ ਦੀ ਡਿਗਰੀ ਲੈ ਕੇ ਆਪਾਂ ਉੱਥੇ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਕਾਮਯਾਬੀ ਹਾਸਲ ਕਰ ਸਕਦੇ ਹਾਂ। ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ, ਬਹੁਤ ਸਾਰੀਆਂ ਯੂਨੀਵਰਸਿਟੀਜ਼ ਦੇ ਨਾਲ ਅਸੀਂ ਡਾਇਰੈਕਟਲੀ ਇਨਡਾਇਰੈਕਟਲੀ ਕੰਮ ਕਰਦੇ ਹਾਂ। ਸੋ ਜਦੋਂ ਤੁਸੀਂ ਸਾਡੇ ਕੋਲ ਆਓਗੇ, ਉਹਦੇ 'ਚ ਤੁਹਾਨੂੰ ਐਗਜੈਕਟ ਡਿਟੇਲ ਦਿੱਤੀ ਜਾ ਸਕਦੀ ਹੈ ਕਿ ਤੁਸੀਂ ਆਪਣੇ ਪ੍ਰੋਫਾਈਲ ਦੇ ਅਕੋਰਡਿੰਗਲੀ ਕਿਹੜੇ ਯੂਨੀਵਰਸਿਟੀ ਲਈ ਕਿਸ ਜਗ੍ਹਾ 'ਤੇ ਐਲੀਜੀਬਲ ਹੈਗੇ ਹੋ। ਸਪਟੈਂਬਰ ਇਨਟੇਕ ਐਡਮਿਸ਼ਨਸ ਹਜੇ ਵੀ ਚੱਲਦੀਆਂ ਪਈਆਂ। ਬੜੇ ਸਟੂਡੈਂਟਸ ਪੁੱਛਦੇ ਕਿ ਸਰ ਫਲਾਈਟਾਂ ਕਦੋਂ ਚੱਲੂਗੀਆਂ। ਦੇਖੋ, ਸਾਰੇ ਵਰਲਡ ਦੇ ਵਿੱਚ ਸ਼ਾਇਦ UK ਪਹਿਲੀ ਕੰਟਰੀ ਹੋਊਗੀ ਜਿਹੜੀਆਂ ਫਲਾਈਟਾਂ ਔਰ ਆਪਣੇ ਬਾਰਡਰਸ ਖੋਲੂਗੀਆਂ। ਮੈਂ ਰੀਸੈਂਟਲੀ ਪੜ੍ਹਦਾ ਸੀ, ਮੈਕਸੀਮਮ ਚੀਜ਼ਾਂ ਉੱਥੇ ਨੋਰਮਲ ਲਾਈਫ ਵਾਲੇ ਪਾਸੇ ਚੱਲਣੀਆਂ ਸ਼ੁਰੂ ਹੋ ਗਈਆਂ, ਜਿਹਦੇ ਵਿੱਚ ਸਕੂਲਸ ਉੱਥੇ ਦੇ ਡੋਮੈਸਟਿਕ ਸਕੂਲਸ ਕਾਲਜਸ ਨੇ ਉਹ ਆਲਰੇਡੀ ਉਹਨਾਂ ਨੇ ਖੋਲ੍ਹ ਕੇ ਪੜ੍ਹਾਈ ਸ਼ੁਰੂ ਕਰ ਦਿੱਤੀ। ਜਿਹੜੀ ਕੋਵਿਡ ਸਿਚੁਏਸ਼ਨ ਹੈ, ਇਹ ਜੇ ਥੋੜ੍ਹੀ ਦੇਰ ਹੋਰ ਇੱਦਾਂ ਹੀ ਚੱਲਦੀ ਰਹਿਣੀ ਹੈ, ਜ਼ਿੰਦਗੀ ਇਜ਼ ਗੋਇੰਗ ਟੂ ਕਮ ਬੈਕ ਟੂ ਨੋਰਮਲ, ਲਾਈਫ ਹੈਜ਼ ਟੂ ਮੂਵ ਔਨ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਦੀ ਡੇਟ 'ਚ ਤੁਹਾਡੇ ਕੋਲ ਓਪਰਚੁਨਿਟੀ ਹੈਗੀ ਹੈ ਕਿ UK ਸਪਟੰਬਰ ਇਨਟੇਕ, ਕਿਉਂਕਿ ਸਪਟੰਬਰ ਤੋਂ ਬਾਅਦ ਫਿਰ ਅਗਲੇ ਜਨਵਰੀ ਦੀ ਗੱਲ ਹੋਣੀ ਹੈ, ਅੱਜ ਤੁਸੀਂ ਸਪਟੰਬਰ ਇਨਟੇਕ ਲਈ ਅਪਲਾਈ ਕਰ ਸਕਦੇ ਹੋ, ਵਿਦ ਇੰਟਰਵਿਊ, ਵਿਦਆਊਟ ਇੰਟਰਵਿਊ। ਬਹੁਤ ਸਾਰੀਆਂ ਯੂਨੀਵਰਸਿਟੀਜ਼ ਵੱਖਰੀ ਵੱਖਰੀ ਸਿਚੁਏਸ਼ਨ ਦੇ ਨਾਲ, ਵੱਖਰੇ ਵੱਖਰੇ ਪੈਰਾਮੀਟਰਸ ਦੇ ਨਾਲ ਮਾਰਕੀਟ 'ਚ ਹੈਗੀਆਂ। ਅਸੀਂ ਮੈਕਸੀਮਮ ਯੂਨੀਵਰਸਿਟੀਜ਼ ਦੇ ਨਾਲ ਕੰਮ ਕਰਦੇ ਹਾਂ। ਸੋ ਜਦੋਂ ਤੁਸੀਂ ਡਾਕੂਮੈਂਟ ਲੈ ਕੇ ਆਓਗੇ, ਉਦੋਂ ਤੁਹਾਨੂੰ ਦੱਸਤਾ ਜਾਊਗਾ ਕਿ ਕਿਹੜੇ ਕਾਲਜ ਜਾਂ ਕਿਹੜੀ ਯੂਨੀਵਰਸਿਟੀ ਜਾਂ ਕਿਹੜੇ ਸ਼ਹਿਰ ਦੇ ਵਿੱਚ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਔਰ ਆਪਣੀ ਐਡਮਿਸ਼ਨ ਅਪਲਾਈ ਕਰੋ। ਬੜੇ ਧਿਆਨ ਨਾਲ ਸੋਚ ਸਮਝ ਕੇ ਲੈਣ ਵਾਲੇ ਡਿਸੀਜਨ ਨੇ ਇਹ। ਜੇ ਅਸੀਂ ਕਹੀਏ ਕਿ ਸਿਰਫ ਕਾਗਜ਼ ਦੇ ਦਿੱਤੇ ਤਾਂ ਏਜੰਟ ਨੂੰ ਕਹਿ ਦਿੱਤਾ ਕਿ ਭਾਜੀ ਮੈਂ ਸਿਰਫ UK ਜਾਣਾ ਜੇ, ਮੈਨੂੰ ਜਿੱਥੇ ਮਰਜ਼ੀ ਭੇਜ ਦਿਉ, ਫਿਰ ਕੱਲ੍ਹ ਨੂੰ ਜਿਸ ਤਰੀਕੇ ਨਾਲ ਗਏ ਹਾਂ ਬਰੰਗ ਕਾਗਜ਼ ਮੰਗਰ, ਉਸੇ ਤਰੀਕੇ ਨਾਲ ਮੁੜਨਾ ਵੀ ਪੈ ਸਕਦਾ। ਆਪਣੀ ਰਿਸਰਚ, ਆਪਣੀ ਸਟੱਡੀ, ਆਪਣਾ ਧਿਆਨ ਲਾ ਕੇ, ਆਪਣੇ ਵੱਲੋਂ ਸਾਰਾ ਕੁਝ, ਆਪਣੀ ਸੈਟਿਸਫੈਕਸ਼ਨ ਕਰਕੇ ਫਿਰ ਅੱਗੇ ਅਪਲਾਈ ਕਰਿਓ। ਨਹੀਂ ਤਾਂ ਸਿਰਫ ਕਿਸੇ ਦੇ ਮੋਢੇ 'ਤੇ ਰੱਖ ਕੇ ਬੰਦੂਕ 'ਤੇ ਕੱਲ੍ਹ ਨੂੰ ਉੱਥੇ ਜਾ ਕੇ ਏਜੰਟ ਨੂੰ ਗਾਲਾਂ ਕੱਢਦੀ ਹੈ ਕਿ ਮੈਨੂੰ ਹੁਣ ਇੱਥੇ ਭੇਜਤਾ, ਮੈਂ ਇੱਥੇ ਕਿਹਾ ਸੀ, ਮੇਰੀ ਫੀਸ ਇੰਨੀ ਤਾਰੀ, ਇੰਨੀ ਫੀਸ ਤਾਰੀ ਨਹੀਂ। ਇਹ ਸਾਰੀਆਂ ਚੀਜ਼ਾਂ ਬਹੁਤ ਹੁੰਦੀਆਂ। ਪਹਿਲਾਂ ਹੀ ਆਪਣਾ ਵਿਚਾਰ ਰੱਖ ਕੇ ਚੱਲੋ, ਪਹਿਲਾਂ ਹੀ ਆਪਣੀ ਸਾਰੀਆਂ ਚੀਜ਼ਾਂ ਦੀ ਰਿਸਰਚ ਕਰਕੇ ਚੱਲੋ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।